और मेरा बेटा टीवी देख रहा सी। 12:30 बजे मैं अपने बेटे के कमरे चो आई ते कहंदा सी मम्मा मेरे को सो जाओ। मैं कहा नहीं तू एसी चलांदा पे मैं नहीं सोना है, मैं अपने रूम च जाके सोनी है। 12:30 बजे मैं अपने रूम च आ गई। 1:30 बजे तक कहंदा मैं ये देखता रहा फेसबुक पे गल्लां करता रहा किसी अपने फ्रेंड नाल। 2 बजे ना 2:12 बजे ते मेरे रूम दी लाइट्स ऑन सी। मैं समझी मेरे बेटे नू इहनू पत्थरी दी तकलीफ सी। 2-3 दिन तां मैं समझी शायद ऐ उठिया हैगा। मैं इहनू 2-3 आवाज़ां लगाइयां, ये बोलिया नहीं। मैं उठ के बाहर चलन लगी, 3 बंदे एकदम मेरे बैड कोल आ गए। एक ने मेरा मूँह कवर किया, एक ने मेरे हाथ पकड़ के बन दिते किसी नाल, मेरे पैर भी बन दिते। साड़ी सब खोल के अलमारियां सारा कुछ लै गए। की समान लै गए? ये भी 25 तोले के करीब सोना है सी, 25-30 हज़ार के करीब कैश सी, ते चांदी नियर अबाउट 1 किलो इन्नी क्या की सी। तो डेली पाया हुआ सी सोना जी? हाँ, मेरे हाथ 2 बेंगल्स है सी, वो दो पाइया सी, दो बिच पाइया है सी। 2 बेंगल सी, चेन सी और कन्ना च पाए सी, वो भी खिंच के लै गए। ਤੁਸੀਂ ਸ਼ੋਰ ਮਚਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਮੇਰੇ ਆਵਾਜ਼ ਹੀ ਨਹੀਂ ਆਈ, ਮੇਰੇ 2 ਆਵਾਜ਼ਾਂ ਗੂਗਲੀ ਉਗਲੀ ਦਿੱਤੀਆਂ। ਉਸੇ ਦਮ ਇਹਨਾਂ ਨੇ ਮੇਰਾ ਮੂੰਹ ਬੰਨ ਦਿੱਤਾ, ਹੱਥ ਜ਼ੋਰ ਦੀ ਰਵਾਲ ਮੇਰੇ ਪਿੱਛੇ ਰੱਖ ਦਿੱਤੀ ਅਤੇ ਇੱਕ ਦੀ ਆਵਾਜ਼ ਆਈ ਕਹਿੰਦਾ ਇਹਨੂੰ ਮਾਰਨਾ ਨਹੀਂ। ਆਵਾਜ਼ ਤਾਂ ਕੀ ਮੈਂ ਬੋਲਿਆ ਹੀ ਨਹੀਂ ਜਾਂਦਾ ਸੀ, ਆਵਾਜ਼ ਕੀ ਬੋਲ। ਹਾਂਜੀ, ਚੋਟ ਵਗੈਰਾ ਵੀ? ਹਾਂ, ਮੇਰੇ ਬੈਕ 'ਤੇ ਲੱਗੀ ਹੈਗੀ, ਬਾਹਾਂ 'ਤੇ ਲੱਗੀ ਹੈਗੀ। ਮਾਰਿਆ ਵਗੈਰਾ ਸੀ ਤੁਹਾਨੂੰ? ਨਹੀਂ, ਮਾਰਿਆ ਨਹੀਂ ਹੈਗਾ ਸੀ, ਮੂੰਹ ਬਹੁਤ ਜ਼ੋਰ ਦੀ ਕਵਰ ਕੀਤਾ ਸੀ, ਲੱਤਾਂ ਪਿੱਛੇ ਬੰਨਤੀਆਂ, ਬਾਹਾਂ ਵੀ ਮੇਰੀਆਂ ਬੈਕ ਇਸ ਤਰ੍ਹਾਂ ਕਰਕੇ ਬੰਨਤੀਆਂ ਹੈਗੀਆਂ, ਪਿੱਛੇ ਪਿੱਛੇ ਲਗਾਇਆ ਜ਼ੋਰ ਦੀ। ਇੱਥੇ ਜਦੋਂ ਮੈਂ ਆਵਾਜ਼ ਮਾਰੀ ਨਾ ਆਪਣੇ ਬੇਟੇ ਨੂੰ, ਜ਼ੋਰ ਦੀ ਪਿੱਛੇ ਮੈਨੂੰ ਪ੍ਰੈਸ ਕੀਤਾ ਇਹਨਾਂ। ਕਿੰਨਾ ਕੁ ਨੁਕਸਾਨ ਹੋ ਗਿਆ ਸਾਡਾ? ਹੁਣ 20-25 ਤੋਲੇ ਸੋਨਾ ਹੈਗਾ ਸੀ, 25-30 ਹਜ਼ਾਰ ਕੈਸ਼ ਸੀ ਕਿਲੋ। ਇਹ ਵੀ 13-14 ਦੀ ਦਰਮਿਆਨੀ ਰਾਤ ਨੂੰ, ਕੱਚਾ ਘਲ ਕਲਾਂ ਰੋਡ ਹੈ, ਉੱਥੇ ਇੱਕ ਲੇਡੀ ਰਹਿੰਦੇ ਨੇ ਊਸ਼ਾ ਪੱਬੀ, ਉਹਨਾਂ ਦੀ ਉਮਰ 65 ਸਾਲ ਹੈ, ਨਾਲ ਉਹਨਾਂ ਦਾ ਬੇਟਾ ਰਹਿੰਦਾ ਵਿਕਰਮਜੀਤ ਪੱਬੀ। ਇਹ 1st ਫਲੋਰ 'ਤੇ ਰਹਿੰਦੇ ਘਰ ਦੀ, ਅਤੇ ਰਾਤ ਨੂੰ ਕਰੀਬ 2 ਤੋਂ 3 ਦੇ ਦਰਮਿਆਨ 5 ਬੰਦੇ ਆਏ। ਉਹਨਾਂ ਨੇ ਜਿਹੜੇ ਅਲੱਗ ਅਲੱਗ ਕਮਰੇ ਸੁੱਤੇ ਹੋਏ ਸੀਗੇ, ਉਹਨਾਂ ਨੇ ਜਿਹੜੇ ਸੀਗੇ ਊਸ਼ਾ ਪੱਬੀ ਜੀ, ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਕੁੱਟਮਾਰ ਵੀ ਕੀਤੀ ਹੈ, ਅਤੇ ਉਹਨਾਂ ਦੇ ਘਰੋਂ ਗੋਲਡ ਅਤੇ ਕੈਸ਼ ਲੈ ਗਏ ਨੇ। ਅਤੇ ਇਹ ਬੰਦੇ ਅਸੀਂ ਜਿਹੜੇ CCTV ਦੀ ਕੈਮਰਿਆਂ ਦੀ ਮਦਦ ਨਾਲ ਆਇਡੈਂਟੀਫਾਈ ਕਰ ਲਏ ਨੇ, ਅਤੇ ਜਲਦ ਤੋਂ ਜਲਦ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਾਂਗੇ। ਕਿੰਨੇ ਜਣੇ ਸੀਗੇ? ਇਹ 5 ਬੰਦੇ ਸੀਗੇ ਸਰ। ਬੇਟਾ ਘਰੇ ਸੀਗਾ ਜਦੋਂ ਇਹ ਲੁੱਟ ਹੋਈ? ਹਾਂਜੀ, ਬੇਟਾ ਘਰੇ ਸੀਗਾ, ਉਹ ਅਲੱਗ ਕਮਰੇ ਸੁੱਤਾ ਹੋਇਆ ਸੀਗਾ। ਅਤੇ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਾ ਕਿ 5 ਲੋਕ ਘਰੇ ਆਏ? ਨਹੀਂ, ਉਹਨੂੰ ਪਤਾ ਨਹੀਂ ਲੱਗਿਆ, ਥੋੜ੍ਹਾ ਜਿਹਾ ਡਿਪਰੈਸ਼ਨ ਦਾ ਮਰੀਜ਼ ਆ, ਉਹ ਮੈਡੀਸਨ ਲੈਂਦਾ ਅਤੇ